ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਸਰਬਜੀਤ, ਪੇਂਡੂ ਲਾਈਫ ਦੀ ਮਾਂ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਹਾਂ। ਅਤੇ ਲਓ ਜੀ, ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਹੋਰ ਸਿਲਾਈ ਵਾਲੀ ਵੀਡੀਓ। ਅਤੇ ਇਹ ਹੈਗੀ ਹੈ ਜੀ ਵੀਡੀਓ, ਮਤਲਬ ਕਿ ਜਦੋਂ ਆਪਾਂ ਮੂਰੀ ਵਾਲੀ ਸਿਉਣ ਲਗਾਉਂਦੇ ਹਾਂ ਅਤੇ ਝੋਲੀ ਵਾਲੀ ਸਿਉਣ ਲਗਾਉਂਦੇ ਹਾਂ, ਉਹ ਕਿੱਦਾਂ ਲਗਾਉਣੀ ਚਾਹੀਦੀ ਆ, ਅਤੇ ਬਿਲਕੁਲ ਮਤਲਬ ਕਿ ਕਿਸ ਤਰ੍ਹਾਂ ਸੈੱਟ ਆਊਗੀ। ਕਈ ਮੇਰੀ ਭੈਣਾਂ ਤੋਂ ਸੈੱਟ ਨਹੀਂ ਆਉਂਦੀ ਹੁੰਦੀ ਆ, ਜਦੋਂ ਆਪਾਂ ਮੂਰੀ ਵਾਲੀ ਸਿਉਣ ਲਗਾਉਂਦੇ ਹਾਂ ਅਤੇ ਉਹ ਬਿੰਗੀ ਟੇਢੀ ਲਾ ਦਿੰਦੀਆਂ ਨੇ, ਪਰ ਉੱਦਾਂ ਨਹੀਂ ਲੱਗਦੀ ਹੈਗੀ, ਇਹ ਵੀ ਕਿਸੇ ਤਰ੍ਹਾਂ ਹਿਸਾਬ ਨਾਲ ਲੱਗਦੀ ਹੁੰਦੀ ਆ, ਅਤੇ ਉਹਦੇ ਬਾਰੇ ਦੱਸਦੇ ਹਾਂ। ਅਤੇ ਬਾਕੀ ਇੱਕ ਤੁਹਾਨੂੰ ਦੱਸਦੇ ਹਾਂ ਇਹ ਵੀ, ਜਦੋਂ ਆਪਾਂ ਮਤਲਬ ਕਿ ਮੂਰੀਆਂ ਕਰਦੇ ਹਾਂ, ਅਤੇ ਕਈ ਮੇਰੇ ਭੈਣਾਂ ਕਹਿੰਦੇ ਨੇ ਵੀ ਡਿਜ਼ਾਇਨ ਪਾ ਕੇ ਮੂਰੀਆਂ ਕਰਦੇ ਹਾਂ ਸੋਹਣੀਆਂ ਲੱਗਦੀਆਂ ਨੇ, ਪਰ ਹੁਣ ਸਿੰਪਲ ਮੂਰੀ ਤਾਂ ਵੱਧ ਰਿਵਾਜ਼ ਹੈ, ਡਿਜ਼ਾਇਨ ਮਤਲਬ ਕਿ ਇੱਦਾਂ ਪਾਉਣਾ ਮੈਨੂੰ ਤਾਂ ਬਿਲਕੁਲ ਵਧੀਆ ਨਹੀਂ ਲੱਗਦੀ। ਡਿਜ਼ਾਇਨ ਬਿਲਕੁਲ ਸੌਖਾ ਤਰੀਕਾ ਅਪਣਾਉਂਦੀ ਹਾਂ ਮੈਂ, ਸਿੰਪਲ ਆ ਹੀ ਡਿਜ਼ਾਇਨ ਹੈ ਮੇਰਾ, ਅਤੇ ਮੂਰੀ ਉਹਦੇ ਨਾਲ ਬਿਲਕੁਲ ਭਰ ਜੂਗੀ, ਇੱਦਾਂ ਨਹੀਂ ਹੈਗਾ ਮਾੜੀ ਮੋਟੀ ਜਗ੍ਹਾ ਵਿੱਚ ਭਰਮਾ ਡਿਜ਼ਾਇਨ ਪਾਵਾਂਗੇ, ਅਤੇ ਡਿਜ਼ਾਇਨ ਵੀ ਨਹੀਂ ਹੈਗਾ, ਸਿੰਪਲ ਡਿਜ਼ਾਇਨ ਹੈ ਇਹ। ਅਤੇ ਚਲੋ ਸਟਾਰਟ ਕਰਦੇ ਹਾਂ। ਅਤੇ ਲਓ ਜੀ, ਆਪਾਂ ਨੇ ਮੂਰੀ ਆਪਾਂ ਨੇ ਜੜ ਲਈ ਸੀ, ਦੇਖੋ ਇਹ ਵਾਲੀ ਮੂਰੀ ਆਪਾਂ ਨੇ ਜੜ ਲਈ ਸੀ, ਜੜ ਕੇ ਮੂਰੀ, ਹੁਣ ਇਹਦੇ ਪਹਿਲਾਂ ਤਾਂ ਆਪਾਂ ਸਿੱਧੀ ਸਿਉਣ ਲਗਾਵਾਂਗੇ, ਇੱਦਾਂ ਕਰਕੇ ਨਾ ਸਾਰੀ ਸਿੱਧੀ ਸਿਉਣ ਲਗਾ ਲਵਾਂਗੇ। ਅਤੇ ਜਦੋਂ ਹੁਣ ਆਪਾਂ ਨੇ ਸਿੱਧੀ ਸਿਲਾਈ ਲਗਾ ਲਈ ਆ, ਅਤੇ ਕਈ ਮੇਰੀ ਭੈਣਾਂ ਤੋਂ ਜੋ ਆਪਾਂ ਉੱਪਰ ਵਾਲੀ ਸਿਲਾਈ ਲਗਾਉਂਦੇ ਹਾਂ, ਅਤੇ ਕਈ ਮੇਰੀ ਭੈਣਾਂ ਉੱਪਰ ਵਾਲੀ ਸਿਲਾਈ ਨਹੀਂ ਲਗਾਉਂਦੀਆਂ ਹੈਗੀਆਂ, ਸਿੱਧਾ ਇਹਨੂੰ ਮਤਲਬ ਕਿ ਇੱਥੇ ਸਿਲਾਈ ਲਗਾਉਣ ਲੱਗ ਗਏ ਨੇ, ਅਤੇ ਐਂਡ 'ਤੇ ਆ ਕੇ ਇਹ ਸਿਲਾਈ ਲਗਾਉਂਦੇ ਨੇ, ਜਿਹਦੇ ਨਾਲ ਆਪਣਾ ਮੂਰੀ ਦੇ ਵਿੱਚ ਬਲ ਪੈ ਜਾਂਦਾ। ਅਤੇ ਹੁਣ ਆਪਾਂ ਕੀ ਕਰਦੇ ਹਾਂ, ਅਤੇ ਜੋ ਆਪਣੀ ਹੁਣ ਇਹ ਸਿਲਾਈ ਤਾਂ ਆਪਾਂ ਨੇ ਲਗਾ ਲਈ ਹੈ ਸਿੰਪਲ, ਅਤੇ ਹੁਣ ਆਪਾਂ ਇਹ ਸਿਲਾਈ ਲਗਾਉਂਦੇ ਹਾਂ, ਅਤੇ ਜੇ ਮੇਰੀ ਭੈਣਾਂ ਤੋਂ ਇਹ ਸਿਲਾਈ ਸੈੱਟ ਨਹੀਂ ਆਉਂਦੀ ਹੈਗੀ ਤਾਂ ਆਪਾਂ ਇਹਨੂੰ ਪੁੱਠਾ ਕਰਕੇ ਰੱਖ ਲੈਂਦੇ ਹਾਂ, ਅਤੇ ਇੱਦਾਂ ਪੁੱਠਾ ਕਰਕੇ ਰੱਖ ਲਵਾਂਗੇ, ਅਤੇ ਇੱਦਾਂ ਕਰਕੇ ਸਿਲਾਈ ਲਗਾਵਾਂਗੇ, ਅਤੇ ਜਿਹਦੇ ਨਾਲ ਆਪਣਾ ਇਹਦੇ ਵਿੱਚ ਮੂਰੀ 'ਚ ਬਲ ਵੀ ਨਹੀਂ ਪੈਣਾ, ਅਤੇ ਬਿਲਕੁਲ ਸਿੱਧੀ ਸਿਲਾਈ ਲਗਾਵਾਂਗੇ। ਸਿਲਾਈ ਆਪਾਂ ਨੇ ਲਗਾ ਲਈ ਆ, ਤੇ ਹੁਣ ਆਪਾਂ ਭਰਦੇ ਆ ਇਹਦੇ ਡਿਜ਼ਾਇਨ। ਦੇਖੋ ਬਿਲਕੁਲ ਸਾਫ ਸਿਲਾਈ ਆਈ ਆ, ਕੋਈ ਬਲ ਨਹੀਂ ਪਿਆ, ਕੋਈ ਵਿੰਗ ਨਹੀਂ ਪਿਆ, ਬਿਲਕੁਲ ਸਿੱਧਾ ਡਿਜ਼ਾਇਨ ਆ ਇਹ। ਇਹ ਤਿੰਨ ਚਾਰ ਲਾਈਨਾਂ ਤਾਂ ਆਪਣੀ ਨੀਚੇ ਹੋ ਗਈਆਂ, ਵਿਚਾਲੇ ਆਪਾਂ ਇੱਦਾਂ ਸਕਰੋਲ ਪਾਤੀ ਆ, ਵੱਡੀ ਸਕਰੋਲ ਪਾਉਣੀ ਆ, ਅਤੇ ਉੱਪਰ ਆਪਾਂ ਤਿੰਨ ਸਿਲਾਈ ਲਗਾਉਣੀ ਆ ਸਿੱਧਮ ਸਿੱਧੀਆਂ, ਤਿੰਨ ਸਿਲਾਈ ਲਗਾ ਲਈਆਂ ਨੇ ਸਿਲਾਈ ਸਿਉਣਾ। ਅਤੇ ਹੁਣ ਆਪਾਂ ਜੋ ਸਕਰੋਲ ਪਾਈ ਆ ਇਹਦੇ ਆਲੇ ਦੁਆਲੇ ਛੋਟੀ ਸਕਰੋਲ ਭਰ ਦਿੱਤੀ, ਤਿਆਰ ਹੋ ਗਿਆ ਜੀ। ਦੇਖੋ ਇੱਧਰ ਵੀ ਸਕਰੋਲਾਂ ਭਰ ਦਿੱਤੀਆਂ ਨੇ, ਜਿਹੜੀ ਨੀਚੇ ਚਾਰ ਸਿਲਾਈ ਲਗਾਈਆਂ ਸੀ, ਅਤੇ ਇੱਧਰ ਜਿਹੜੀਆਂ ਉੱਪਰ ਤਿੰਨ ਸਿਲਾਈਆਂ ਲਗਾਈਆਂ ਸੀ, ਤਿੰਨ ਲਾਈਨਾਂ ਬਣਾਈਆਂ ਸੀ, ਇਹਦੇ ਵਿੱਚ ਵੀ ਸਕਰੋਲ ਭਰ ਦਿੱਤੀ, ਜਿਹੜੀ ਵੱਡੀ ਸਕਰੋਲ ਸੀ ਇਹਦੇ ਆਲੇ ਦੁਆਲੇ ਛੋਟੀ ਸਕਰੋਲ ਭਰ ਦਿੱਤੀ ਆ। ਅਤੇ ਜੋ ਇਹ ਡਿਜ਼ਾਇਨ ਹੈ ਜੀ ਬਿਲਕੁਲ ਸੌਖਾ ਡਿਜ਼ਾਇਨ ਆ, ਅਤੇ ਜੋ ਮੇਰੀਆਂ ਭੈਣਾਂ ਹੁੰਦੀਆਂ ਨੇ ਕਈ ਵਾਰ ਕਰੇਲਾ ਮੂਰੀ ਕਰਦੀਆਂ ਨੇ ਜਾਂ ਕੋਈ ਹੋਰ ਫੁੱਲ ਵਗੈਰਾ ਦਾ ਡਿਜ਼ਾਇਨ ਪਾਉਂਦੇ ਨੇ, ਉਹਦੇ ਵਿੱਚ ਮੂਰੀ ਆਪਣੀ ਖਾਲੀ ਰਹਿ ਜਾਂਦੀ ਹੈ, ਅਤੇ ਉਹ ਬਿਲਕੁਲ ਵਧੀਆ ਨਹੀਂ ਲੱਗਦੀ ਹੈਗੀ, ਕਿਉਂਕਿ ਸੂਟ ਦੀ ਸਿਲਾਈ ਉਹਦੀ ਵਧੀਆ ਲੱਗਦੀ ਹੈ, ਜਾਂ ਤਾਂ ਕਮੀਜ਼ ਦੀ ਸਿਲਾਈ ਵਧੀਆ ਹੋਵੇ, ਅਤੇ ਨਾਲੇ ਜੋ ਆਪਣਾ ਪੌਂਚਾ ਹੁੰਦਾ ਉਹ ਤੇ ਮਤਲਬ ਕਿ ਭਰਮਾ ਡਿਜ਼ਾਇਨ, ਭਰਮਾ ਵੀ ਨਹੀਂ ਭਰਮਾ ਡਿਜ਼ਾਇਨ ਹੋਵੇ, ਪਰ ਇੱਦਾਂ ਨਹੀਂ ਹੈਗਾ ਵੀ ਫੁੱਲ ਗੁਲਦਸਤੇ ਵਾਲਾ ਡਿਜ਼ਾਇਨ ਹੋਵੇ, ਉਹ ਫਿਰ ਸਿੱਧਾ ਜਾਂ ਜੋ ਡਿਜ਼ਾਇਨ ਆ ਵਧੀਆ ਨਹੀਂ ਲੱਗਦਾ ਹੈਗਾ। ਅਤੇ ਜੀ ਇਹ ਹੋ ਗਿਆ ਆਪਣਾ ਸਿੰਪਲ ਡਿਜ਼ਾਇਨ, ਪੂਰਾ ਭਰਮਾ ਪੌਂਚਾ ਬਣਾ ਦਿੱਤਾ ਆਪਾਂ ਨੇ। ਅਤੇ ਇਸ ਤੋਂ ਬਾਅਦ ਜੀ ਹੁਣ ਇਹ ਹੋ ਗਿਆ ਆਪਣਾ ਤਿਆਰ, ਇਹਨੂੰ ਕਰਦੇ ਹਾਂ ਆਪਾਂ ਕਟਿੰਗ, ਸਾਈਡ ਤੋਂ ਦੋਹੇ ਪਾਸੋਂ ਆਪਾਂ ਬਿਲਕੁਲ ਕਟਿੰਗ ਕਰ ਲਵਾਂਗੇ।
ਲੋ ਜੀ ਹੁਣ ਜੋ ਆਪਣੀ ਇਹ ਵਾਲੀ ਸਿਲਾਈ ਲਗਾਈ ਹੋਈ ਆ ਤੇ ਇਧਰ ਆ ਸਿਲਾਈ ਆ ਜੋ ਆਪਣੀ ਪੱਲਿਆਂ ਦੀ ਇਹ ਸਿਲਾਈ ਹੁੰਦੀ ਆ ਇਹਨੂੰ ਆਪਸ ਦੇ ਵਿੱਚ ਮੇਲਾਂਗੇ। ਮੇਲ ਕੇ ਫੇਰ ਇਹ ਤੇ ਹੁਣ ਆਪਾਂ ਜਿੰਨੀ ਆਪਾਂ ਨੇ ਮਤਲਬ ਕਿ ਜੋ ਪੌਂਚਾ ਤਿਆਰ ਕਰਨਾ ਕਿੰਨੀ ਕੁ ਪੌਂਚਾ ਤੁਸੀਂ ਪਾਉਂਦੇ ਹੋ 6 ਪਾਉਂਦੇ ਹੋ ਕਿ 7 ਪਾਉਂਦੇ ਹੋ ਦੇ ਹਿਸਾਬ ਨਾਲ ਆਪਾਂ ਨਿਸ਼ਾਨੀ ਲਗਾਵਾਂਗੇ। ਤੇ ਲਓ ਜੀ ਹੁਣ ਆਪਾਂ ਕਰਨਾ ਹੈ ਜੀ ਇਹ 6.5 ਪੌਂਚਾ ਤਿਆਰ ਕਰਨਾ ਹੈ ਤੇ ਇਹਨੂੰ ਆਪਾਂ ਹੁਣ 6.5 ਤੇ ਨਿਸ਼ਾਨੀ ਲਗਾ ਲਵਾਂਗੇ। ਲਓ ਜੀ 6.5 ਤੇ ਨਿਸ਼ਾਨੀ ਲਗਾ ਲਈ ਆ ਤੇ ਹੁਣ ਆਪਾਂ ਇੱਦਾਂ ਇੰਚੀ ਟੇਪ ਰੱਖਾਂਗੇ, ਇੱਦਾਂ ਇੰਚੀ ਟੇਪ ਰੱਖ ਲਵਾਂਗੇ ਤੇ ਜਿਹਦੇ ਨਾਲ ਆਪਣੀ ਜੋ ਰੇਵ ਸਿਉਣ ਹੁੰਦੀ ਹੈ ਸਾਰੀ ਸਿੱਧਮ ਸਿੱਧੀ ਲੱਗੂਗੀ। ਲਓ ਜੀ ਜੇ ਕਈ ਮੇਰੀਆਂ ਭੈਣਾਂ ਪਤਾ ਕੀ ਕਰਦੀਆਂ ਨੇ ਜਦੋਂ ਇੰਚੀ ਟੇਪ ਨਾਲ ਤਾਂ ਹਿਸਾਬ ਲਾਉਂਦੀਆਂ ਨਹੀਂ ਹੈਗੀਆਂ, ਜਿਵੇਂ ਇੱਥੇ ਨਿਸ਼ਾਨੀ ਲਾ ਲਈ ਬਸ ਇਹਨੂੰ ਇਹ ਐਂ ਕਰ ਦੇਣਗੀਆਂ ਤੇ ਜਿਹਦੇ ਨਾਲ ਆਪਣੀ ਸਿਉਣ ਪਹਿਲਾਂ ਤਾਂ ਇੱਥੋਂ ਐਂ ਜਾਊਗੀ ਫਿਰ ਇੱਥੋਂ ਐਂ ਜਾਊਗੀ ਉਹ ਫਿਰ ਸੈੱਟ ਨਹੀਂ ਆਉਂਦੀ ਹੈਗੀ। ਜਿਹੜੀ ਆਹ ਇੰਚੀ ਟੇਪ ਵਾਲੀ ਸਿਲਾਈ ਆ ਇਹ ਬਿਲਕੁਲ ਸਿੱਧਮ ਸਿੱਧੀ ਲੱਗੂਗੀ ਤੇ ਬਿਲਕੁਲ ਸੌਖਾ ਮਤਲਬ ਕਿ ਤਰੀਕਾ ਹੋ ਜੂਗਾ ਤੇ ਰੇਵ ਸਿਉਣ ਦੀ ਸਫਾਈ ਵੀ ਬਹੁਤ ਜ਼ਿਆਦਾ ਆਊਗੀ। ਤੇ ਲਓ ਜੀ ਤੁਹਾਨੂੰ ਹੁਣ ਸਿਲਾਈ ਲਗਾ ਕੇ ਦਿਖਾਉਂਦੇ ਹਾਂ। ਪਹਿਲਾਂ ਤਾਂ ਆਪਾਂ ਨੇ ਮੋੜ ਲਾ ਲੈਣੇ ਨੇ ਜਿਹਦੇ ਨਾਲ ਆਪਣੀ ਜੋ ਪੌਂਚ ਹੈ ਉਜੜੇ ਨਾ। ਲਓ ਜੀ ਦੋ ਮੋੜ ਲਾ ਲਏ ਨੇ ਆਪਾਂ ਨੇ ਤੇ ਦੇਖੋ ਹੁਣ ਬਿਲਕੁਲ ਸਿੱਧੀ ਸਿਲਾਈ। ਜੋ ਆਪਣੀ ਝੋਲੀ ਵਾਲੀ ਸਿਲਾਈ ਹੁੰਦੀ ਆ ਕਈ ਵਾਰ ਉਹ ਮੇਰੀ ਭੈਣਾਂ ਤੋਂ ਸੈੱਟ ਨਹੀਂ ਆਉਂਦੀ ਹੈਗੀ ਕਿਉਂਕਿ ਕੱਪੜਾ ਕਈ ਵਾਰ ਝੋਲੀ ਦਾ ਵੱਜ ਜਾਂਦਾ ਤੇ ਕਈ ਵਾਰ ਘੱਟ ਜਾਂਦਾ ਉਹ ਵੀ ਤੁਹਾਨੂੰ ਦੱਸਦੇ ਹਾਂ। ਦੇਖੋ ਜੀ ਹੁਣ ਜਿਵੇਂ ਆਹ ਵਾਲਾ ਹੁਣ ਝੋਲੀ ਦੀ ਸਿਲਾਈ ਆ ਗਈ ਆ ਤੇ ਨੀਚੇ ਵਾਲੀ ਝੋਲੀ ਉਹ ਵੱਧਦੀ ਆ ਤੇ ਉੱਪਰ ਵਾਲੀ ਘੱਟਦੀ ਆ ਇਹਨੂੰ ਆਪਾਂ ਕੀ ਕਰਾਵਾਂਗੇ ਹੁਣ ਜਿਹੜੇ ਨੀਚੇ ਵਾਲੀ ਝੋਲੀ ਜਿਹੜੀ ਵੱਧਦੀ ਆ ਇਹਨੂੰ ਆਪਾਂ ਥੋੜਾ ਜਿਹਾ ਨੀਚੋ ਕੱਪੜਾ ਢਿੱਲਾ ਛੱਡ ਦੇਵਾਂਗੇ ਤੇ ਉੱਪਰ ਵਾਲਾ ਕੱਪੜਾ ਥੋੜਾ ਜਿਹਾ ਨਾ ਵਾਂਗੂ ਥੋੜਾ ਜਿਹਾ ਖਿੱਚ ਪਾਵਾਂਗੇ। ਦੇਖੋ ਜੀ ਇੱਦਾਂ ਆ ਦੇਖੋ ਸਿਲਾਈ ਦੇ ਨਾਲ ਬਿਲਕੁਲ ਸਿਲਾਈ ਮਿਲ ਜੂਗੀ ਝੋਲੀ ਨਾਲ ਝੋਲੀ ਬਿਲਕੁਲ ਮਿਲ ਜੂਗੀ। ਨੀਚੋਂ ਆਪਾਂ ਨੇ ਢਿੱਲਾ ਛੱਡਤਾ ਉੱਪਰ ਥੋੜ੍ਹੀ ਖਿੱਚ ਪਾਤੀ ਤੇ ਜਿਹਦੇ ਨਾਲ ਆਪਣੀ ਜੋ ਸਿਲਾਈ ਤੀ ਬਿਲਕੁਲ ਸੈੱਟ ਆ ਜੂਗੀ। ਇੱਥੋਂ ਵੀ ਆਪਾਂ ਨੇ ਮੋੜ ਲਾ ਲੈਣਾ। ਤੁਹਾਨੂੰ ਹੁਣ ਅਸੀਂ ਇਹ ਸਿੱਧੀ ਕਰਕੇ ਦਿਖਾਉਂਦੇ ਹਾਂ ਆਪਾਂ ਸਲਵਾਰ ਤੇ ਜੋ ਆਪਣਾ ਇਹ ਬਦਮਾ ਕੱਪੜਾ ਇਹਨੂੰ ਵਿੱਚੋਂ ਹਮੇਸ਼ਾ ਕੱਟਣਾ ਚਾਹੀਦਾ, ਜੇ ਆਪਾਂ ਕੱਟਾਂਗੇ ਨਹੀਂ ਤਾਂ ਇਹਦੇ ਵਿੱਚ ਬਲ ਪੈ ਜੂਗਾ। ਜੇ ਹੁਣ ਆਪਾਂ ਕੱਪੜਾ ਵਿੱਚ ਵੱਧ ਰੱਖ ਦੇਵਾਂਗੇ ਤਾਂ ਇੱਥੇ ਵਲ ਪੈਣ ਲੱਗ ਜਾਣਗੇ ਜਦੋਂ ਆਪਾਂ ਇਹਨੂੰ ਸਿੱਧਾ ਕਰਾਂਗੇ। ਲਓ ਜੀ ਸਿੱਧਾ ਕਰਕੇ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ ਦੇਖੋ ਆਪਣੀ ਜੋ ਇਹ ਰੇਵ ਸਿਲਾਈ ਲਗਾਈ ਸੀ ਇਹ ਵੀ ਬਿਲਕੁਲ ਸਿੱਧਮ ਸਿੱਧੀ ਆਊਗੀ। ਜੋ ਆਪਾਂ ਨੇ ਰੇਵ ਸਿਲਾਈ ਲਗਾਈ ਸੀ ਇਹ ਵੀ ਬਿਲਕੁਲ ਸਿੱਧਮ ਸਿੱਧੀ ਆਈ ਆ ਤੇ ਬਾਕੀ ਜੋ ਆਪਣੀ ਪੌਂਚਾ ਸੀ
ਦੇਖੋ ਬਿਲਕੁਲ ਸਿੱਧਮ ਸਿੱਧੀ ਆਈ ਆ, ਜੋ ਆਪਾਂ ਨੇ ਰੇਬ ਸਿਲਾਈ ਲਗਾਈ ਸੀ ਸਾਰੀ ਸਿੱਧਮ ਸਿੱਧੀ ਆਈ ਆ, ਤੇ ਪੌਂਚੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣ ਗਿਆ, ਤੇ ਸਿਰਫ 2 ਮਿੰਟਾਂ ਦੇ ਵਿੱਚ ਇਹ ਪੌਂਚੇ ਦਾ ਡਿਜ਼ਾਈਨ ਬਣ ਜਾਂਦਾ। ਐ ਨਹੀਂ ਹੈਗਾ ਵੀ ਇਹਨੂੰ 10 ਮਿੰਟ ਲੱਗਣਗੇ ਜਾਂ 5 ਮਿੰਟ ਲੱਗਣਗੇ, 2 ਮਿੰਟ 'ਚ ਬਣ ਜੂ। ਅੱਗੇ ਮੇਰੀ ਭੈਣਾਂ ਲਵੇ ਸਿੰਪਲ ਮਸ਼ੀਨ ਹੁੰਦੀ ਸੀ, ਤੇ ਇਹ ਹੈਗੀ ਆ ਜੀ ਅੰਬਰੇਲਾ ਮਸ਼ੀਨ, ਤੇ ਮੋਟਰ ਇਹ 'ਤੇ ਲੱਗੀ ਹੋਈ ਆ, ਮੋਟਰ ਨਾਲ ਛੇਤੀ ਮਤਲਬ ਕਿ ਆਪਣਾ ਪੌਂਚਾ ਤਿਆਰ ਹੋ ਜਾਂਦਾ, ਤੇ ਹੱਥ ਵਾਲੀ ਮਸ਼ੀਨ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ, ਤੇ ਜੋ ਮੇਰੀ ਭੈਣਾਂ ਹੱਥ ਨਾਲ ਸਿਲਾਈ ਕਰਦੀਆਂ ਨੇ ਹੱਥ ਵਾਲੀ ਮਸ਼ੀਨ ਨਾਲ, ਤੇ ਉਹ ਇਦਾਂ ਦਾ ਡਿਜ਼ਾਈਨ ਪਾਉਣ ਤੇ ਬਿਲਕੁਲ ਛੇਤੀ ਤਿਆਰ ਹੋ ਜਾਓ। ਦੇਖੋ ਇਹ ਸਿਲਾਈ ਵੀ ਬਿਲਕੁਲ ਸਿੱਧੀ ਆ ਗਈ, ਤੇ ਜੋ ਆਪਾਂ ਨੇ ਝੋਲੀ ਦੀ ਸਿਲਾਈ ਲਗਾਈ ਸੀ ਉਹ ਵੀ ਤੁਹਾਨੂੰ ਦਿਖਾਉਂਦੇ ਆ, ਬਿਲਕੁਲ ਸਿੱਧਮ ਦੀ ਸਿੱਧੀ, ਤੇ ਨਾਲੇ ਬਿਲਕੁਲ ਉਹ ਹੋ ਗਈ ਆ, ਇਹ ਸਿਲਾਈ ਵੀ ਆਪਣੀ ਬਿਲਕੁਲ ਐਨ ਮਿਲ ਗਈ ਆ, ਕੋਈ ਫਰਕ ਨਹੀਂ ਰਿਹਾ ਹੈਗਾ, ਤੇ ਬਿਲਕੁਲ ਸਿਲਾਈ ਸਿੱਧਮ ਸਿੱਧੀ ਆਈ ਹੈ ਇਹ ਵੀ, ਤੇ ਪੌਂਚੇ ਵਾਲੀ ਵੀ ਪੂਰੀ ਆਪਣੀ ਵਧੀਆ ਸਿੱਧਮ ਸਿੱਧੀ ਆਈ ਆ। ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਸਿਲਾਈ ਵਾਲੀ, ਤੇ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ, ਮਤਲਬ ਕਿ ਰੇਬਸ ਜੋ ਆਪਾਂ ਨੇ ਇਹਦੀ ਮੋਰੀ ਪੌਂਚੇ ਵਾਲੀ ਰੇਬ ਸਿਲਾਈ ਲਗਾਈ ਸੀ ਉਹ ਵੀ ਦੱਸਿਓ ਕਿੱਦਾਂ ਦੀ ਲੱਗੀ, ਤੇ ਬਾਕੀ ਤੁਹਾਨੂੰ ਪੌਂਚੇ ਦਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਇਹ ਵੀ ਦੱਸਿਓ, ਤੇ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ। ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤੇ ਇਸੇ ਤਰ੍ਹਾਂ ਲੈ ਕੇ ਆਵਾਂਗੇ ਤੁਹਾਡੇ ਲਈ ਸਿਲਾਈ ਵਾਲੀਆਂ ਹੋਰ ਵੀਡੀਓ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।